ਹੁਣ ਵੀਜ਼ੇ ਸਟਾਰਟ ਹੋ ਗਿਆ ਨਵੇਂ, ਗੱਲ ਕਰਦੇ ਹਾਂ, ਸੋਲਿਊਸ਼ਨ ਦੱਸ ਰਿਹਾ ਮੈਂ ਅੱਜ, ਹੈ ਨਾ, ਕਿ ਕਿਹੜਾ ਵੀਜ਼ਾ ਲਵਾਉਣਾ ਚਾਹੀਦਾ। ਕੰਸਟਰਕਸ਼ਨ ਵਾਲਿਆਂ ਨੂੰ ਕੰਸਟਰਕਸ਼ਨ ਵਾਲਾ ਅਤੇ ਪਲਾਂਟੇਸ਼ਨ ਵਾਲਿਆਂ ਨੂੰ ਪਲਾਂਟੇਸ਼ਨ ਵਾਲਾ, ਨਹੀਂ ਇੱਦਾਂ ਕੁਛ ਨਹੀਂ ਹੈ। ਕੰਸਟਰਕਸ਼ਨ ਵਾਲੀਆਂ ਕੰਪਨੀਆਂ ਨੂੰ ਵੀ ਪਤਾ ਹੁੰਦਾ ਕਿ ਇਹਨਾਂ ਕੋਲ ਕਿਸੇ ਹੋਰ ਕੰਪਨੀ ਦਾ ਵੀਜ਼ਾ ਸਾਡੀ ਕੰਪਨੀ 'ਚ ਕੰਮ ਹੀ ਨਹੀਂ ਕਰ ਸਕਦਾ। ਜੇਕਰ ਤੁਹਾਡੇ ਕੋਲ ਸਰਵਿਸ ਸੈਕਟਰ ਦਾ ਵੀਜ਼ਾ ਹੈ, ਕੰਪਨੀਆਂ ਮਤਲਬ ਜਿਵੇਂ ਕਿ ਅਲਮਾਜੂ ਜਾਂ ਕੋਈ ਵੀ ਕਹਿ ਲਓ ਕੰਪਨੀ, ABC ਕੰਪਨੀ ਹੈ, ਅਤੇ ਤੁਸੀਂ ਕੰਮ ਕਿਸੇ ਹੋਰ 'ਚ ਨਹੀਂ ਕਰ ਸਕਦੇ, XYZ ਦੇ ਵਿੱਚ ਨਹੀਂ ਕਰ ਸਕਦੇ, ਅਲੀਗਲ ਹੈ। ਵੀਜ਼ੇ ਦਾ ਮਲੇਸ਼ੀਆ ਦੇ ਵਿੱਚ ਮਤਲਬ ਇੰਨਾ ਹੀ ਹੈ ਕਿ ਜੀ ਤੁਸੀਂ ਘਰ ਬੈਠੇ ਹੋ, ਤੁਹਾਨੂੰ ਟੈਨਸ਼ਨ ਨਹੀਂ ਕੋਈ, ਤੁਸੀਂ ਦਰਵਾਜ਼ਾ ਖੜਕਾਵੇ, ਦਰਵਾਜ਼ਾ ਖੋਲ੍ਹ ਦਿਉ, ਰੈਸਟੋਰੈਂਟ ਵਿੱਚ ਬੈਠੇ ਹਾਂ, ਇਤਮਿਨਾਨ ਨਾਲ ਰੋਟੀ ਖਾ ਰਹੇ ਹਾਂ, ਘਰ ਜਾ ਸਕਦੇ ਹਾਂ, ਟਿਕਟ ਲਓ, ਘਰ ਪਹੁੰਚ ਜਾਓ, ਇੰਡੀਆ ਪਹੁੰਚ ਜਾਓ, ਆਹ ਫਾਇਦਾ। ਮੋਲ ਦੇ ਵਿੱਚ ਘੁੰਮ ਰਹੇ ਹਾਂ, ਇਹ ਫਾਇਦਾ, ਬਲੌਕ ਲੱਗਿਆ ਹੋਇਆ ਉਹਦੇ 'ਚੋਂ ਬਚ ਜਾਓਗੇ, ਆਹ ਫਾਇਦਾ। ਰੋਡ 'ਤੇ ਤੁਰੇ ਜਾਂਦੇ ਹਾਂ, ਕੋਈ ਸਰਕਾਰੀ ਕਰਮਚਾਰੀ ਰੋਕਦਾ, ਉਹਦੇ 'ਚੋਂ ਬਚ ਜਾਓਗੇ, ਆਹ ਫਾਇਦਾ। ਇਹ ਨਾ ਸੋਚੋ ਕਿ ਤੁਹਾਡੇ ਕੋਲ ਕੰਸਟਰਕਸ਼ਨ ਦਾ ਕਿਸੇ ਵੀ ਕੰਪਨੀ ਦਾ ਕੰਮ ਲੱਗੇ ਤਾਂ ਤੁਸੀਂ ਕਿਸੇ ਵੀ ਕਰ ਸਕਦੇ ਹਾਂ, ਇੱਥੇ ਸਭ ਚੱਲ ਰਿਹਾ ਮਲੇਸ਼ੀਆ ਦੇ ਵਿੱਚ। ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਚੱਲਦਾ, ਮੈਂ ਮਲੇਸ਼ੀਆ ਨੂੰ ਦਿਲੋਂ ਰਿਸਪੈਕਟ ਕਰਦਾ ਗਾ। ਅਤੇ ਕੋਈ ਵੀ ਮੇਰਾ ਵੀਰ ਬਣਿਆ ਹੁਣ ਇਹਦੇ ਵਿੱਚ ਕੋਈ ਹੋਰ ਮੁੱਦਾ ਨਾ ਚੱਕੇ ਵੈਸੇ ਕਮੈਂਟਾਂ ਦੇ ਵਿੱਚ ਕਿ ਨਹੀਂ ਯਾਰ ਇੱਦਾਂ ਦੀ ਗੱਲ ਗਲਤ, ਉੱਦਾਂ ਦੀ ਗੱਲ ਗਲਤ, ਮੇਰਾ ਸਿਰਫ ਦੱਸਣ ਦਾ ਮਕਸਦ ਇਹੀ ਹੈ ਕਿ ਵੀਜ਼ਾ ਜੋ ਮਰਜ਼ੀ ਲਵੋ, ਸੇਮ ਕੰਪਨੀ ਸੇਮ ਕੰਮ। ਜੇਕਰ ਸਰਕਾਰੀ ਕਰਮਚਾਰੀ ਰੇਡ ਮਾਰਦੇ ਆ ਅਤੇ ਤੁਸੀਂ ਫੜੇ ਜਾਂਦੇ ਆ ਮਲੇਸ਼ੀਆ ਦੇ ਵਿੱਚ, ਕਿਤੇ ਵੀ ਕੰਮ ਕਰ ਰਹੇ ਹਾਂ ਤੁਸੀਂ, ਕਿਤੇ ਵੀ ਕਿਸੇ ਵੀ ਕੰਪਨੀ ਦੇ ਵਿੱਚ ਕੰਮ ਕਿਸੇ ਹੋਰ ਕੰਪਨੀ 'ਚ ਕਰ ਰਹੇ ਹਾਂ, ਵੀਜ਼ਾ ਕਿਸੇ ਹੋਰ ਕੰਪਨੀ ਦਾ, ਤੁਸੀਂ ਫੜੇ ਜਾਂਦੇ ਆ ਅਤੇ ਫਿਰ ਸਮਝ ਲਓ 3 ਮਹੀਨੇ ਬਾਅਦ ਘਰ ਜਾਓਗੇ। ਅਤੇ ਜੇਕਰ ਤੁਹਾਡੇ ਕੋਲ ਵੀਜ਼ਾ ਹੈ ਤਾਂ ਉਹਨੂੰ ਤੁਸੀਂ ਇਹ ਨਾ ਸੋਚੋ ਕਿ ਅਸੀਂ ਇੱਥੋਂ ਦੇ ਸਿਟੀਜ਼ਨ ਹੋ ਗਏ। ਹੁਣ ਕਈ ਬੰਦੇ ਤਾਂ ਇੱਥੇ ਮੇਰੇ ਟਿਕਟਾਂ ਲੈ ਲੈਂਦੇ ਅਤੇ ਕਹਿੰਦੇ ਯਾਰ ਬਾਈ ਹੁਣ ਸਾਨੂੰ ਕੋਈ ਟੈਨਸ਼ਨ ਨਹੀਂ, ਹੁਣ ਅਸੀਂ ਬੇਕ ਆਫ ਹੋ ਕੇ ਘੁੰਮਗੇ। ਨਹੀਂ ਯਾਰ, ਇੱਦਾਂ ਨਹੀਂ ਗਾ, ਟਿਕਟ ਲੈ ਕੇ ਬੰਦਾ ਬੇਕ ਆਫ ਨਹੀਂ ਹੁੰਦਾ ਗਾ, ਨਾ ਹੀ ਵੀਜ਼ਾ ਲੈ ਕੇ ਬੇਕ ਆਫ ਹੁੰਦਾ। ਵੀਜ਼ਾ ਲੈ ਕੇ ਸਿਰਫ ਅਤੇ ਸਿਰਫ ਇੰਨਾ ਕੰਮ ਕਰ ਸਕਦੇ ਹਾਂ ਤੁਸੀਂ ਕਿ ਕਿਤੇ ਰੋਡ 'ਤੇ ਜਾ ਰਹੇ ਹਾਂ, ਮੈਂ ਫਿਰ ਦੱਸ ਰਿਹਾ, ਜਾਂ ਘਰ ਬੈਠੇ ਹਾਂ, ਤੁਹਾਨੂੰ ਉਹ ਚੀਜ਼ ਦਾ ਸਕੂਨ ਹੈ, ਹੋਰ ਤੁਹਾਨੂੰ ਕਿਸੇ ਚੀਜ਼ ਦਾ ਸਕੂਨ ਨਹੀਂ। ਇਹ ਨਾ ਸੋਚੋ ਕਿ ਸਾਡੇ ਕੋਲ ਸਰਵਿਸ ਸੈਕਟਰ ਦਾ ਵੀਜ਼ਾ ਹੈ ਅਤੇ ਹੁਣ ਅਸੀਂ ਜਿੱਥੇ ਮਰਜ਼ੀ ਕੰਮ ਕਰੀਏ ਤੁਹਾਨੂੰ ਕੋਈ ਨਹੀਂ ਰੋਕੂਗਾ। ਨਹੀਂ, ਜਦੋਂ ਸਰਕਾਰੀ ਰੇਡ ਪੈਣੀ ਹੈ, ਸਰਕਾਰੀ ਕਰਮਚਾਰੀ ਆਉਣਗੇ, ਤੁਹਾਨੂੰ ਚੱਕਣਗੇ ਕਿ ਬਈ ਸੇਮ ਕੰਪਨੀ ਦਾ ਵੀਜ਼ਾ ਹੋਣਾ ਚਾਹੀਦਾ। ਜੇ ਸੇਮ ਕੰਪਨੀ ਦਾ ਵੀਜ਼ਾ, ਏਜੰਟ ਝੂਠ ਬੋਲ ਕੇ ਦੇ ਦੇਣਗੇ ਤੁਹਾਨੂੰ, ਪਰ ਉਹ ਯਕੀਨ ਨਾ ਕਰੋ ਉਹਨਾਂ ਚੀਜ਼ਾਂ 'ਤੇ, ਅਤੇ ਨਾ ਹੀ ਕਿਸੇ ਏਜੰਟ ਨੇ ਉਦੋਂ ਬਾਅਦ ਪਿੱਛੇ ਆਉਣਾ, ਫਿਰ 3 ਮਹੀਨੇ ਬਾਅਦ ਬੰਦਾ ਘਰ ਹੀ ਜਾਊਗਾ, ਖੁੱਲ੍ਹੀ ਡੁੱਲੀ ਜੀ ਗੱਲ ਹੈ। ਅਤੇ ਜੇ ਤੁਹਾਡੇ ਕੋਲ ਕੰਸਟਰਕਸ਼ਨ ਦਾ ਵੀਜ਼ਾ ਹੈ, CIDV ਕਾਰਡ ਹੈਗਾ ਹੈ, ਤੁਸੀਂ ਕੰਸਟਰਕਸ਼ਨ ਦਾ ਕੰਮ ਕਰ ਸਕਦੇ ਹਾਂ, ਪਰ ਅਲੀਗਲ ਹੈ। ਇੱਕ ਕੰਪਨੀ ਦਾ ਵੀਜ਼ਾ ਦੂਸਰੀ ਕੰਪਨੀ ਦੇ ਵਿੱਚ ਤੁਸੀਂ ਇਸਤੇਮਾਲ ਨਹੀਂ ਕਰ ਸਕਦੇ, ਐਜ਼ ਪਰ ਮਲੇਸ਼ੀਆ ਦਾ ਲੋ ਕਹਿੰਦਾ। ਅਤੇ ਮੈਨੂੰ ਪਤਾ ਹੁਣ ਕਈ ਮੇਰੇ ਵੀਰ ਨੀਚੇ ਆ ਕੇ ਕਮੈਂਟ ਕਰਨਗੇ, ਜਿਹੜੇ ਕਰਨਗੇ ਸਮਝ ਲਓ ਵੀ ਉਹ ਜਾਂ ਤਾਂ ਏਜੰਟ ਹੋਣਗੇ ਅਤੇ ਜਾਂ ਫਿਰ ਏਜੰਟਾਂ ਦੇ ਚੇਲੇ ਚਪਾਟੇ ਹੋਣਗੇ।